ਉਦਰ ਨਗਰ ਨਿਗਮ ਚੋਣਾਂ ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਦੇ ਦੁਜੀਤੇ ਇਲਜ਼ਾਮ ਮਾਰ ਰਹੀਆਂ ਨੇ ਪੰਜਾਬ ਪ੍ਰਦੇਸ਼ ਕਾਂਗਰਸ ਪੇਟੀ ਕਮੇਟੀ ਦੇ ਜੋ ਵਾਈਸ ਪ੍ਰਧਾਨ ਲਾਲ ਸਿੰਘ ਆ ਉਹਨਾਂ ਨੇ ਕਿਹਾ ਕਿ ਸਾਨੂੰ ਭਰੋਸਾ ਹੈ ਕਿ ਕਾਂਗਰਸ ਸੂਬੇ ਅੰਦਰ ਬਹੁਮਤ ਨਾਲ ਜਿੱਤ ਪ੍ਰਾਪਤ ਕਰੇਗੀ ਉਹਨਾਂ ਨੇ ਕਿਹਾ ਕਿ ਕਾਂਗਰਸ ਵਿਕਾਸ ਦੇ ਮੁੱਦੇ ਤੇ ਚੋਣ ਲੜ ਰਹੀ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਚ ਭਾਜਪਾ ਦਾ ਵਿਰੋਧ ਨਹੀਂ ਕਾਂਗਰਸੀ ਨਹੀਂ ਬਲਕਿ ਕਿਸਾਨ ਹੀ ਕਰ ਰਹੇ ਨੇ ਪੀਪੀਸੀ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਤੇ ਇਸ ਇਲੈਕਸ਼ਨ ਦੀ ਜਿਹੜੀ ਕਮੇਟੀ ਬਣਾਈ ਸਗੀ ਗਈ ਸੀਗੀ ਉਹਦੇ ਚੇਅਰਮੈਨ ਸਾਹਿਬ ਸਾਡੇ ਨਾਲ ਮੌਜੂਦ ਨੇ ਲਾਲ ਸਿੰਘ ਜੀ ਲਾਲ ਸਿੰਘ ਜੀ ਅੱਜ ਕੈਂਪੇਨਿੰਗ ਦਾ ਆਖਰੀ ਦਿਨ ਹੈ ਜੇਕਰ ਚੋਣਾਂ ਦੀ ਗੱਲ ਕੀਤੀ ਜਾਵੇ ਤਾਂ ਕਿੰਨੇ ਕੋ ਕੈਂਡੀਡੇਟ ਕਾਂਗਰਸ ਦੇ ਇਸ ਵਕਤ ਮੌਜੂਦ ਨੇ ਤੇ ਕੀ ਕੁਝ ਡਿਟੇਲਸ ਤੁਹਾਡੇ ਕੋਲ ਹੈ ਇਸ ਪੂਰੀ ਕੈਂਪੇਨਿੰਗ ਨੂੰ ਲੈ ਕੇ ਜਿਹੜੀ ਕਿ ਪੂਰੀ ਚੋਣ ਚੋਣ ਪ੍ਰਕਿਰਿਆ ਜਿਹੜੀ ਕਿ ਹੋਣ ਵਾਲੀ ਹੈ ਪੰਜਾਬ ਦੇ ਅੰਦਰ 100 ਮਿਊਸਪਲ 109 ਮਿਊਸਪਲ ਕਮੇਟੀਆਂ ਤੇ 8 ਕਾਰਪੋਰੇਸ਼ਨਾਂ ਦੀ ਇਲੈਕਸ਼ਨ ਹੋ ਰਹੀ ਚੱਲ ਰਹੀ ਹੈ ਜਿਹੜੀ 14 ਤਰੀਕ ਨੂੰ ਪੋਲਿੰਗ ਹੋਣਾ ਉਹਦੇ ਅੱਜ ਲਾਸਟ ਡੇਟ ਹੈ ਕੈਂਪੇਨ ਦਾ ਤੇ ਇਹਦਾ 109 ਮਿਊਸਪਲ ਕਮੇਟੀਆਂ ਚ ਸਿਰਫ 7 ਨੂੰ ਛੱਡ ਕੇ ਅਸੀਂ ਸਾਰੀਆਂ ਹੀ ਮਿਊਸਪਲ ਕਮੇਟੀਆਂ ਦੇ ਜਿੰਨੇ ਉਮੀਦਵਾਰਾਂ ਚੋਣ ਨਿਸ਼ਾਨ ਤੇ ਲੜ ਰਹੇ ਆ ਔਰ ਮੈਂ ਤੁਹਾਨੂੰ ਦਾਅਵੇ ਨਾਲ ਕਹਿ ਸਕਦਾ ਸਾਡੀ ਜਿਹੜੀ ਕੈਂਪੇਨ ਹੈ ਬੜੀ ਪੋਜ਼ਿਟਿਵ ਤਰੀਕੇ ਦੇ ਨਾਲ ਪੀਸਪੂਲ ਤਰੀਕੇ ਦੇ ਨਾਲ ਪੰਜਾਬ ਚ ਚੱਲ ਰਹੀ ਹੈ ਅਸੀਂ ਥੰਪਿੰਗ ਮжоਰਿਟੀ ਨਾਲ ਜਿਹੜੀ ਪਾਰਟੀ ਹੈ ਕਾਂਗਰਸ ਪਾਰਟੀ ਪੰਜਾਬ 'ਚ ਚੋਣਾਂ ਜਿੱਤੇਗੀ ਆ ਭਾਜਪਾ ਵੱਲੋਂ ਵੀ ਕੈਂਪੇਨਿੰਗ ਲਗਾਤਾਰ ਕੀਤੀ ਜਾ ਰਹੀ ਹੈ ਲੇਕਿਨ ਉਹਨਾਂ ਦਾ ਵਿਰੋਧ ਹੋ ਰਿਹਾ ਹੈ ਲੋਕਾਂ ਦਾ ਕਹਿਣਾ ਹੈ ਕਿ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਭਾਜਪਾ ਦਾ ਕਹਿਣਾ ਹੈ ਕਿ ਕਿਸਾਨਾਂ ਦੀ ਸ਼ਕਲ ਦੇ ਵਿੱਚ ਕਿਸਾਨਾਂ ਦੀ ਆੜ੍ਹ ਦੇ ਵਿੱਚ ਕਾਂਗਰਸੀ ਉਹ ਵਿਰੋਧ ਕਰਵਾ ਰਹੇ ਨੇ ਤੁਹਾਡਾ ਕੀ ਕਹਿਣਾ ਹੈ ਕਿ ਤੁਸੀਂ ਕਹਿ ਰਹੇ ਹੋ ਪੀਸਫੁੱਲ ਕੈਂਪੇਨਿੰਗ ਚੱਲ ਰਹੀ ਹੈ ਉਹ ਦੂਜੇ ਪਾਸੇ ਭਾਜਪਾ ਦਾ ਇਹ ਅਲੀਗੇਸ਼ਨ ਕਲ ਗਵਰਨਰ ਨੂੰ ਵੀ ਮਿਲੇ ਨੇ ਪੰਜਾਬ ਦੇ ਕੀ ਲੱਗਦਾ ਤੁਹਾਨੂੰ ਭਾਜਪਾ ਦਾ ਮੋਟਿਵ ਕੀ ਹੈ ਗੱਲ ਇਹ ਹੈ ਜਿਹੜੇ ਭਾਜਪਾ ਦੇ ਪਾਰਟੀ ਦੇ ਅਹੁਦੇਦਾਰ ਹੈ ਤੇ ਇਹਨਾਂ ਦੇ ਉਮੀਦਵਾਰ ਹੈ ਸਰਕਾਰ ਤਾਂ ਉਹਨਾਂ ਦੀ ਪ੍ਰੋਟੈਕਸ਼ਨ ਤੇ ਲੱਗੀ ਹੋਈ ਹੈ ਵਿਰੋਧ ਉਹਨਾਂ ਦਾ ਕਰ ਰਹੇ ਆ ਪੰਜਾਬ ਦੇ ਕਿਸਾਨ ਔਰ ਕਿਉਂ ਕਰ ਰਹੇ ਆ ਇਹਦੀ ਜਾਣਕਾਰੀ ਸਾਰੀ ਦੁਨੀਆ ਨੂੰ ਪਤਾ ਹੈ ਵੀ ਜੋ ਇਹਨਾਂ ਨੇ ਬੀਜਿਆ ਉਹ ਵੱਢ ਰਿਹਾ ਅਸੀਂ ਤਾਂ ਇਹਨਾਂ ਦਾ ਬਚਾਅ ਕਰ ਰਹੇ ਆ ਜਿੱਥੇ ਵੀ ਇਹਨਾਂ ਦੇ ਲੋਕ ਕਿਸਾਨ ਆ ਕੇ ਇਹਨਾਂ ਦੇ ਗੱਲ ਪੈਣ ਦੀ ਕੋਸ਼ਿਸ਼ ਕਰਦੇ ਆ ਪੰਜਾਬ ਦੀ ਪੁਲਿਸ ਉਹਨਾਂ ਦੀ ਪ੍ਰੋਟੈਕਸ਼ਨ ਕਰਕੇ ਇਹਨਾਂ ਨੂੰ ਜਿਹੜੀ ਬਾਹਰ ਕੱਢਦੀ ਹੈ ਇਹ ਇਲਜ਼ਾਮ ਬਿਲਕੁਲ ਸਰਾਸਰ ਗਲਤ ਹੈ ਤੁਸੀਂ ਦੱਸਿਆ ਕਿ ਚੋਣ ਜਿਹੜਾ ਨਿਸ਼ਾਨ ਆਪਣਾ ਉਹਦੇ ਉਤੇ ਚੋਣ ਲੜੀ ਜਾ ਰਹੀ ਹੈ ਮੁੱਦੇ ਕੀ ਕੁਝ ਹੋਣਗੇ ਪੰਜਾਬ ਦੇ ਵਿੱਚ ਕਾਂਗਰਸ ਵੱਲੋਂ ਕਾਂਗਰਸ ਕੋਲ ਕਿਹੜੇ ਕਿਹੜੇ ਮੁੱਦੇ ਨੇ ਜਿਹਨਾਂ ਉਤੇ ਚੋਣ ਲੜੀ ਜਾ ਰਹੀ ਹੈ ਕਾਂਗਰਸ ਦੇ ਮੁੱਦੇ ਸਪਸ਼ਟ ਜੋ ਪੰਜਾਬ ਦੇ ਅੰਦਰ ਕੈਪਟਨ ਅਮਰਿੰਦਰ ਸਿੰਘ ਦੀ ਰਹਿਨਮਾਈਸ ਪਿਛਲੇ 4 ਸਾਲਾਂ 'ਚ ਜੋ ਪ੍ਰਾਪਤੀਆਂ ਜੋ ਵਿਕਾਸ ਹੋਇਆ ਜੋ ਲੋਕਾਂ ਨੂੰ ਰਹਿਤਾਂ ਮਿਲੀਆਂ ਜੋ ਲੋਕਾਂ ਦੀ ਮਦਦ ਹੋਈ ਹੈ ਜੋ ਅਮਨ আর ਸ਼ਾਂਤੀ ਨੂੰ ਕਾਇਮ ਰੱਖਣ ਵਾਸਤੇ ਵਿਕਾਸ ਦੇ ਮੁੱਦੇ ਤੇ ਚੋਣ ਲੜੀ ਜਾ ਰਹੀ ਹੈ, ਪ੍ਰਾਪਤੀਆਂ ਦੇ ਮੁੱਦੇ ਤੇ ਚੋਣ ਲੜੀ ਜਾ ਰਹੀ ਹੈ। ਔਰ ਇਹ ਚੋਣ ਜਿਹੜੀ ਹੈ ਆਉਣ ਵਾਲੇ 2 4 17 ਤਰੀਕ ਨੂੰ ਦੱਸ ਦੂਗੀ ਸਾਰੇ ਪੰਜਾਬ 'ਚ ਕਿ ਲੋਕਾਂ ਦਾ ਝੁਕਾਓ ਕਿਹਦੇ ਪਾਸੇ ਹੈ। ਕੈਮਰਾਮੈਨ ਤਰੰबीर ਦਿਨਾਲਨ ਮੋਲਗੁਲਾਟੀ ਜ਼ੀ ਮੀਡੀਆ ਚੰਡੀਗੜ੍ਹ